ਇਹ ਆ ਜੀ ਭਾਦਸੋਂ ਵਾਲੀ ਬੀੜ। ਜਿਸ ਜਗ੍ਹਾ ਨੂੰ ਅਸੀਂ ਅੱਜ ਘੁੰਮਣ ਜਾ ਰਹੇ ਹਾਂ ਨਾ, ਇਹ ਭਾਦਸੋਂ ਤੋਂ ਅੱਗੇ ਪੈਂਦੀ ਆ। ਜਦੋਂ ਭਾਦਸੋਂ ਸ਼ਹਿਰ ਕ੍ਰੋਸ ਕਰ ਜਾਂਦੇ ਹਾਂ ਆਪਾਂ, ਗਾਹਾਂ ਸਕਰਾਲੀ ਪਿੰਡ ਵਾਲਾ ਬੋਰਡ ਆਉਂਦਾ ਆ ਅਤੇ ਸਕਰਾਲੀ ਪਿੰਡ ਲਈ ਨੂੰ ਆਪਾਂ ਮੁੜ ਜਾਣਾ ਆ ਜੀ। ਸਕਰਾਲੀ ਪਿੰਡ ਲੰਘ ਕੇ ਫਿਰ ਨਾਨੋਕੀ ਪਿੰਡ ਆਉਂਦਾ ਆ ਜੀ। ਇਸ ਜਗ੍ਹਾ 'ਤੇ ਬਣੀਆਂ ਹੋਈਆਂ ਨੇ ਦੋ ਡੈਸਟੀਨੇਸ਼ਨ ਬਣੀਆਂ ਹੋਈਆਂ ਨੇ, ਅਸੀਂ ਦੋਨੇ ਕਵਰ ਕੀਤੀਆਂ ਨੇ ਜੀ। ਤੁਸੀਂ ਦੋਨੇ ਸਾਡੀਆਂ ਜਗ੍ਹਾ ਜਿਹੜੇ ਬਲੌਗ ਨੇ ਸਾਡੇ ਦੋਨੇ ਜ਼ਰੂਰ ਦੇਖਿਓ। ਅਤੇ ਜਦੋਂ ਆਪਾਂ ਐਂਟਰ ਹੁੰਦੇ ਹਾਂ ਪਿੰਡ ਦੇ ਵਿੱਚ, ਨਾਨੋਕੀ ਪਿੰਡ ਦੇ ਵਿੱਚ, ਪਹਿਲਾਂ ਗੁਰਦੁਆਰਾ ਸਾਹਿਬ ਆਉਂਦਾ ਆ ਜੀ। ਤੁਸੀਂ ਇਸ ਜਗ੍ਹਾ ਵੀ ਦਰਸ਼ਨ ਕਰ ਸਕਦੇ ਹੋ। ਫਿਰ ਅੱਗੇ ਨੂੰ ਚੱਲਦੇ ਹਾਂ ਆਪਾਂ, ਗੈਰੀ ਫਾਰਮ ਦੇ ਨਾਂ 'ਤੇ ਜਗ੍ਹਾ ਆ ਜੀ ਇਹ, ਨਾਨੋਕੀ ਪਿੰਡ ਦੇ ਵਿੱਚ ਜੀ। ਇੱਕ ਗੱਲ ਨਾ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਵੀ ਜੇਕਰ ਤੁਸੀਂ ਸਾਡੀਆਂ ਦੋਨੇ ਵੀਡੀਓ ਬਿਨਾਂ ਸਕਿੱਪ ਕੀਤੇ ਹੋਏ ਪੂਰੀਆਂ ਦੇਖਦੇ ਹੋ ਤਾਂ ਤੁਹਾਨੂੰ ਪੁਰਾਣਾ ਸੱਭਿਆਚਾਰ ਅਤੇ ਪੁਰਾਣਾ ਪੰਜਾਬ ਜ਼ਰੂਰ ਚੇਤੇ ਆਊਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਆਏ ਹੋਏ ਇੱਕ ਨਵੀਂ ਡੈਸਟੀਨੇਸ਼ਨ 'ਤੇ ਜੀ, ਜੋ ਕਿ ਨਾਭਾ ਰਿਆਸਤ ਦੇ ਵਿੱਚ ਪੈਂਦੀ ਆ, ਜੋ ਕਿ ਨਾ ਪਿੰਡ ਨਾਨੋਕੀ ਦੇ ਨਾਂ ਨਾਲ ਜਾਣੀ ਜਾਂਦੀ ਆ। ਇਹ ਡੈਸਟੀਨੇਸ਼ਨ ਬਹੁਤ ਵਧੀਆ ਡੈਸਟੀਨੇਸ਼ਨ ਆ ਜੀ, ਅਤੇ ਵੀਰ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਆ। ਅੱਜ ਆਪਾਂ ਇਸ ਡੈਸਟੀਨੇਸ਼ਨ ਨੂੰ ਘੁੰਮਦੇ ਹਾਂ ਜੀ। ਅਤੇ ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ। ਵੀਡੀਓ ਚੰਗੀ ਲੱਗਦੀ ਆ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਆ ਕਰੋ, ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਜੀ। ਆਓ ਚੱਲੀਏ ਇਸ ਡੈਸਟੀਨੇਸ਼ਨ ਨੂੰ ਘੁੰਮਦੇ ਹਾਂ। ਇਹ ਜਦੋਂ ਆਪਾਂ ਅੰਦਰ ਐਂਟਰ ਹੋ ਗਏ ਨਾ, ਐਂਟਰ ਹੁੰਦੇ ਸਾਰ ਇਹ ਦੇਖੋ ਘੜਿਆਂ ਨੂੰ ਕਿੰਨਾ ਸੋਹਣਾ ਰੰਗਤ, ਕਿੰਨੇ ਸੋਹਣੇ ਬਣਾਇਆ ਹੋਇਆ ਹੈ ਡਿਜ਼ਾਇਨ। ਇਹ ਘੜੇ ਲਾ ਕੇ, ਕੁਛ ਘੜੇ ਸਿੱਧੇ ਲਾਏ ਹੋਏ ਨੇ, ਕੁਛ ਘੜੇ ਪੁੱਠੇ ਲਾਏ ਹੋਏ ਨੇ, ਦੇਖੋ ਕਿੰਨਾ ਸੋਹਣਾ ਲੱਗਦਾ ਇਹ। ਅਤੇ ਇਸ ਸਾਈਡ ਦੇਖੋ ਆਹ ਧੂਪਾਂ ਰੱਖੀਆਂ ਹੋਈਆਂ ਨੇ, ਇਹ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਜੀ। ਆਹ ਪੁਰਾਣਾ ਸੱਭਿਆਚਾਰ, ਬਾਪੂ ਘਨੇੜੇ 'ਤੇ ਆਪਣੇ ਪੋਤੇ ਨੂੰ ਬਿਠਾ ਕੇ ਗੇੜੇ ਦਿੰਦਾ ਹੋਇਆ ਜੀ। ਇਹ ਗੈਰੀ ਫਾਰਮ ਦੇ ਨਾਂ ਨਾਲ ਆ ਜੀ ਇਹ। ਆਇਆ ਜੀ ਅਸਕੌਟ ਟਰੈਕਟਰ, ਇਹਨੂੰ ਮੈਂ ਆਪਣੀ ਜ਼ਿੰਦਗੀ 'ਚ ਅੱਜ ਪਹਿਲੀ ਵਾਰ ਹੱਥ ਲਾਇਆ ਆ। ਇਹ ਅਸਕੌਟ ਟਰੈਕਟਰ ਆ ਜੀ, ਇਹ ਪੁਰਾਣੇ ਟਰੈਕਟਰ ਨੇ ਆਪਣੇ ਇਹ। ਆ ਐਸ਼ਾ ਖੜਾ ਜੀ, ਐਸ਼ਰ ਜਿਹਨੂੰ ਕਹਿੰਦੇ ਹੁੰਦੇ ਸੀ, ਐਸ਼ਾ ਜੀ। ਆਹ ਖੜਾ ਟਰੈਕਟਰ ਆਪਣਾ ਜੀ, ਦੇਖੋ ਪੁਰਾਣਾ। ਇੱਕ ਆਹ ਖੜਾ ਟਰੈਕਟਰ ਆਪਣਾ ਜੀ, ਇਹ ਪੁਰਾਣੇ ਟਰੈਕਟਰ ਨੇ, ਯਾਨੀ ਕਿਸਾਨਾਂ ਦੇ ਖੇਤਾਂ ਦੀ ਸ਼ਾਨ ਨੇ ਜੀ। ਇਹ ਟਰੈਕਟਰ ਸ਼ਾਨ ਹੁੰਦਾ ਆ, ਇਹ ਪੁਰਾਣੇ ਟਰੈਕਟਰ ਨੇ ਜਿਹੜੇ ਸਾਡੇ ਪਹਿਲਾਂ ਪੰਜਾਬ ਦੇ ਵਿੱਚ ਵੀ ਚੱਲਦੇ ਸੀਗੇ ਜੀ। ਇਹ ਵੀਰ ਨੇ ਉਰੇ ਖੜੇ ਕੀਤੇ ਹੋਏ ਨੇ ਜੀ ਇਹ। ਆਹ ਖੜਾ 4600 ਜੀ, 4600 ਖੜਾ ਆ, ਇਹ ਤਾਂ ਸਾਰੇ ਜਾਣਦੇ ਆ। 4600 ਤਾਂ ਲਗਭਗ ਸਾਰਿਆਂ ਨੇ ਦੇਖਿਆ ਹੋਇਆ ਆ। ਤੇ ਆ ਤਿੰਨ ਪਹੀਆ, ਇਹ ਪਿੰਡਾਂ 'ਚ ਨੂੰ ਚੱਲਦਾ ਹੁੰਦਾ ਸੀ, ਵੀ ਬਹੁਤ ਸ਼ਾਨ ਆ ਪੰਜਾਬ ਦੀ ਇਹ। ਆ ਫੀਅਟ ਗੱਡੀ ਖੜੀ ਆ ਜੀ, ਫੀਅਟ ਗੱਡੀ ਜਿਪਸੀ ਖੜੀ ਆ, ਆ ਜੀਪ ਖੜੀ ਆ, ਆ ਜੌਂਗਾ ਖੜਾ। ਇਹ ਦੇਖੋ ਇਹਦੇ ਟਾਇਰ ਕਿੱਡੇ ਕਿੱਡੇ ਨੇ, ਯਾਨੀ ਟਰੱਕ ਕਰਕੇ ਜੌਂਗਾ ਇਹ ਪੁਰਾਣਾ ਖੜਾ ਕੀਤਾ ਹੋਇਆ ਵੀਰ ਨੇ ਲਿਆ ਕੇ ਉਰੇ, ਯਾਨੀ ਬਹੁਤ ਵਧੀਆ ਵੀਰ ਦਾ ਪਰਾਲਾ ਹੈ, ਬਹੁਤ ਵਧੀਆ ਕੀਤਾ ਵੀਰ ਨੇ। ਇਹ ਵੀਰ ਨੇ ਉਰੇ ਖੜਾ ਕੀਤਾ ਹੋਇਆ ਰੋਇਲ ਇਨਫੀਲਡ ਆ, ਇਹ ਪੁਰਾਣਾ ਜਿਹੜਾ ਆਪਣਾ ਬੁਲਟ ਪੁਰਾਣਾ ਖੜਾ ਉਰੇ, ਇਹ ਵੀ ਸਾਰੇ ਵੀਰ ਨੇ ਖੜੇ ਕੀਤੇ ਹੋਏ ਨੇ ਉਰੇ ਜੀ। ਇਹ ਸਿਟਿੰਗ ਏਰੀਆ ਉਰੇ ਬੈਠਣ ਵਾਸਤੇ ਆ ਜੀ। ਆ ਜਾਓ ਹੁਣ ਤੁਹਾਨੂੰ ਅਸੀਂ ਪੁਰਾਣੇ ਸਕੂਟਰ ਦਿਖਾਉਂਦੇ ਹਾਂ ਆਪਣੇ ਪੰਜਾਬ ਦੇ। ਆ ਦੇਖੋ ਪੁਰਾਣੇ ਸਕੂਟਰ ਖੜੇ ਨੇ ਇਹ। ਆ ਬਸਪਾ ਖੜਾ ਪੁਰਾਣਾ, ਪ੍ਰੀਆ ਖੜਾ ਆ, ਆ ਪ੍ਰੀਆ ਖੜਾ ਪੁਰਾਣਾ, ਪ੍ਰੀਆ ਸਕੂਟਰ, ਆਹ ਸਕੂਟਰ ਖੜਾ ਪੁਰਾਣਾ ਜੀ। ਇਹ ਪੁਰਾਣੇ ਸਕੂਟਰ ਖੜੇ ਕੀਤੇ ਹੋਏ ਨੇ ਸਾਰੇ ਵੀਰ ਨੇ। ਆਹ ਦੇਖੋ ਟੋਕਰਿਆਂ ਨੂੰ ਲਾ ਕੇ ਲਾਈਟਿੰਗ ਕੀਤੀ ਹੋਈ ਆ, ਕਿੰਨਾ ਸੋਹਣਾ ਦਰਖਤ ਬਣਾਇਆ ਹੋਇਆ ਆ। ਇਹ ਸਿਟਿੰਗ ਏਰੀਆ ਜੀ ਉਰੇ।
ਤੇ ਉਹ ਸਾਹਮਣੇ ਆ ਟਿਕਟ ਕਾਊਂਟਰ ਜੀ, ਇਹਦੀ 50 ਰੁਪਏ ਟਿਕਟ ਆ ਇਸ ਜਗ੍ਹਾ ਦੀ ਘੁੰਮਣ ਦੀ ਜੀ, ਪ੍ਰੀ ਵੈਡਿੰਗ ਵੀ ਹੁੰਦੀਆਂ ਨੇ ਉਰੇ, ਤੇ ਇਹਨੂੰ ਘੁੰਮਣ ਦੀ 50 ਰੁਪਏ ਟਿਕਟ ਆ ਜੀ। ਆ ਜਾਓ ਅੱਗੇ ਨੂੰ ਚੱਲਦੇ ਹਾਂ ਆਪਾਂ। ਜੇ ਤੁਸੀਂ ਬੋਟਿੰਗ ਕਰਨਾ ਚਾਹੁੰਦੇ ਹੋ ਉਰੇ ਬੋਟਿੰਗ ਵੀ ਹੁੰਦੀ ਆ, ਬੋਟਿੰਗ ਦੀ ਟਿਕਟ 50 ਰੁਪਏ ਆ ਜੀ। ਇਸ ਜਗ੍ਹਾ ਦੇ ਉੱਤੇ ਆਪਣੇ ਰਿਸ਼ਤੇਦਾਰ ਮਿੱਤਰਾਂ ਦੋਸਤਾਂ ਨਾਲ ਆਓ ਅਤੇ ਆਪਣੀ ਵਕੇਸ਼ਨਸ ਦਾ ਆਨੰਦ ਲਓ ਜੀ। ਬਹੁਤ ਸੋਹਣੀ ਹਰੀ ਭਰੀ ਜਗ੍ਹਾ ਬਣੀ ਹੋਈ ਆ ਜੀ ਇਹ। ਇਸ ਜਗ੍ਹਾ ਦੇ ਉੱਤੇ ਬੱਚੇ ਬਹੁਤ ਇੰਜੋਏ ਕਰਦੇ ਨੇ ਅਤੇ ਪੈਸੇ ਵਸੂਲ ਜਗ੍ਹਾ ਜੀ ਇਹ, ਬਹੁਤ ਸੋਹਣੀ ਹੈ। ਬੱਚਿਆਂ ਦੇ ਨਾ ਕਰਨ ਵਾਲੀਆਂ ਬਹੁਤ ਐਕਟੀਵਿਟੀਜ਼ ਨੇ, ਬੱਚੇ ਬਹੁਤ ਇੰਜੋਏ ਕਰਦੇ ਨੇ, ਆਨੰਦ ਮਾਣਦੇ ਨੇ। ਇਸ ਨਾ ਨਾਨੋਕੀ ਪਿੰਡ ਦੇ ਵਿੱਚ ਦੋ ਡੈਸਟੀਨੇਸ਼ਨ ਨੇ ਆਹਮੋ ਸਾਹਮਣੇ ਜੀ, ਅਸੀਂ ਦੋਨੇ ਕਵਰ ਕੀਤੀਆਂ ਨੇ। ਤੁਸੀਂ ਨਾ ਬਿਨਾਂ ਸਕਿੱਪ ਕੀਤੇ ਹੋਏ ਸਾਡੀਆਂ ਪੂਰੀਆਂ ਵੀਡੀਓ ਦੋਨੇ ਜ਼ਰੂਰ ਦੇਖਿਓ ਜੀ, ਅਤੇ ਤੁਹਾਨੂੰ ਪੂਰਾ ਪੰਜਾਬ ਪੁਰਾਣਾ ਚੇਤੇ ਆਊਗਾ ਜੀ, ਇਹ ਵਾਅਦਾ ਤੁਹਾਡੇ ਨਾਲ ਸਾਡਾ ਜੀ। ਇਹ ਨਾ ਕੰਗਾਰੂ ਦਾ ਦੇਖੋ ਸਟੈਚੂ ਲੱਗਿਆ ਹੋਇਆ ਆ, ਇਹ ਕੁਦਰਤ ਦੀ ਦੇਖੋ ਕਿੱਡੀ ਵੱਡੀ ਦੇਣ ਹੈ ਇਸ ਜੀਵ ਨੂੰ ਵੀ। ਇਹਦੇ ਨਾ ਥੱਲੇ ਪੌਕਟ ਬਣੀ ਹੁੰਦੀ ਆ ਜਿਹਦੇ ਵਿੱਚ ਇਹ ਆਪਣੇ ਬੱਚੇ ਨੂੰ ਰੱਖ ਸਕਦਾ ਆ ਜੀ, ਦੇਖੋ ਤੁਸੀਂ। ਇਹ ਦੋ ਭਚੰਗੀ ਸਿੰਘ ਗੱਤਕੇ ਦੇ ਜੌਹਰ ਦਿਖਾ ਰਹੇ ਨੇ, ਕੋਲ ਖੜ੍ਹੇ ਸਿੰਘ ਸਾਹਿਬ ਉਹਨਾਂ ਨੂੰ ਦੱਸ ਰਹੇ ਨੇ, ਦੇਖ ਰਹੇ ਨੇ, ਅਤੇ ਇੱਕ ਸਿੰਘ ਸਾਹਿਬ ਹਾਥੀ ਦੀ ਸਵਾਰੀ ਕਰ ਰਹੇ ਨੇ ਜੀ। ਬਹੁਤ ਸੋਹਣਾ ਸਟੈਚੂ ਬਣਿਆ ਹੋਇਆ ਜੀ, ਇਹ ਪਾਰਕ ਦੇ ਅੰਦਰ ਹੀ ਬਣਿਆ ਹੋਇਆ ਆ ਜੀ। ਇੱਕ ਗੱਲ ਦੇਖੋ ਤੁਸੀਂ ਕਿੰਨੀ ਹਰਿਆਲੀ ਆ ਅੰਦਰ। ਇਹ ਜਿਹੜੇ ਤੁਸੀਂ ਸਾਹਮਣੇ ਰੂਮ ਦੇਖ ਰਹੇ ਹੋ ਨਾ, ਜਿਹੜੇ ਉਰੇ ਪ੍ਰੀ ਵੈਡਿੰਗ ਕਰਨ ਆਉਂਦੇ ਨੇ ਉਹਨਾਂ ਨੂੰ ਇਹ ਰੂਮ ਦਿੱਤੇ ਜਾਂਦੇ ਨੇ ਜੀ, ਬਹੁਤ ਸੋਹਣੇ ਬਣੇ ਹੋਏ ਰੂਮ ਨੇ ਜੀ ਇਹ। ਇਹ ਲੱਗਿਆ ਹੋਇਆ ਝੂਲਾ ਜੀ, ਅਤੇ ਸਾਪਰ ਦੇ ਝੂਲੇ ਦੇ ਵਿੱਚ ਬਹਿ ਕੇ ਝੂੰਡੇ ਲੈਂਦਾ ਹੋਇਆ ਜੀ। ਆਪਣੇ ਦੋਸਤਾਂ ਮਿੱਤਰਾਂ ਨਾਲ, ਪਰਿਵਾਰ ਨਾਲ, ਬੱਚਿਆਂ ਨਾਲ ਇਸ ਜਗ੍ਹਾ ਦੇ ਉੱਤੇ ਆਓ, ਆਪਣੀ ਵਕੇਸ਼ਨਸ ਦਾ ਪੂਰਾ ਆਨੰਦ ਲਓ, ਪੂਰੀ ਇੰਜੋਇਮੈਂਟ ਹੁੰਦੀ ਆ ਜੀ ਉਰੇ, ਬਹੁਤ ਸੋਹਣੀ ਜਗ੍ਹਾ ਜੀ ਇਹ। ਇਹ ਨਾ ਤਕਰੀਬਨ 6 ਏਕੜ ਦੇ ਵਿੱਚ ਫੈਲਿਆ ਹੋਇਆ ਆ, ਯਾਨੀ 6 ਏਕੜ ਦੇ ਵਿੱਚ ਇਹਨਾਂ ਬੰਦਿਆਂ ਨੇ ਇੱਕ ਪੂਰਾ ਪਿੰਡ ਵਸਾਇਆ ਹੋਇਆ ਆ, ਬਹੁਤ ਸੋਹਣੀ ਜਗ੍ਹਾ ਜੀ ਇਹ। ਇਹ ਜਿਹੜੀ ਤੁਸੀਂ ਜਗ੍ਹਾ ਦੇਖ ਰਹੇ ਹੋ ਇਹ ਫੋਟੋ ਸ਼ੂਟ ਅਤੇ ਵੀਡੀਓਗ੍ਰਾਫੀ ਲਈ ਬਣਾਈ ਹੋਈ ਆ ਜੀ, ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਇਹ ਵੀ ਜੀ। ਇੱਕ ਨਾ ਤੁਸੀਂ ਉਰੇ ਗੱਲ ਹੋਰ ਨੋਟ ਕਰਿਓ, ਇਹ ਨਾ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪ੍ਰਤਿਮਾ ਬਣੀ ਹੋਈ ਆ, ਇਹਦੇ ਕੋਲ ਦੇਖੋ ਆਹ ਜਾਨਵਰ ਬੈਠੇ ਨੇ, ਅਤੇ ਸਾਡੇ ਜਿਹੜੇ ਵਰਿੰਦਾਵਨ ਦੇ ਬਲੌਗ ਨੇ ਉਹਦੇ ਵਿੱਚ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀਆਂ ਜਿੰਨੀਆਂ ਵੀ ਪ੍ਰਤਿਮਾਵਾਂ ਆਉਂਦੀਆਂ ਨੇ ਵੀਡੀਓ ਦੇ ਵਿੱਚ ਨਾ, ਉਹਨਾਂ ਦੇ ਕੋਲ ਵੀ ਸਾਰੇ ਜਾਨਵਰ ਬੈਠੇ ਨੇ ਜੀ। ਦੇਖੋ ਕਿੰਨੀ ਸੋਹਣੀ ਪ੍ਰਤਿਮਾ ਬਣੀ ਹੋਈ ਆ ਜੀ ਇਹ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜੀ। ਇਹ ਸਾਧੂ ਜੀ ਦੀ ਪ੍ਰਤਿਮਾ ਬਣੀ ਹੋਈ ਆ ਜੀ, ਇਹ ਸਾਧੂ ਜੀ ਉਰੇ ਤਪੱਸਿਆ ਕਰ ਰਹੇ ਨੇ, ਉਸ ਟਾਈਪ ਦੀ ਬਣਾਈ ਹੋਈ ਆ ਜੀ ਇਹ। ਸਟਾਰਟਿੰਗ ਦੇ ਵਿੱਚ ਨਾ ਇਹ ਜਗ੍ਹਾ ਬੱਚਿਆਂ ਵਾਸਤੇ ਬਣਾਈ ਗਈ ਸੀਗੀ ਵੀ ਬੱਚੇ ਵਕੇਸ਼ਨਸ ਦੇ ਵਿੱਚ ਇਸ ਜਗ੍ਹਾ 'ਤੇ ਆਉਣਗੇ, ਇੰਜੋਏ ਕਰਨਗੇ, ਘੁੰਮਣਗੇ। ਪਰ 2018 ਤੋਂ ਬਾਅਦ ਜਿਸ ਤਰ੍ਹਾਂ ਪ੍ਰੀ ਵੈਡਿੰਗ ਦਾ ਚੱਲਿਆ ਆ, ਗਰੇਜ਼ ਚੱਲਿਆ ਆ, ਪ੍ਰੀ ਵੈਡਿੰਗ ਹੋਣ ਲੱਗ ਗਈਆਂ ਨੇ, ਫਿਰ ਇਸ ਜਗ੍ਹਾ ਦੇ ਉੱਤੇ ਇਹ ਬੰਦਿਆਂ ਨੂੰ ਵੀ ਚੇਂਜ ਹੋਣਾ ਪਿਆ ਆ, ਅਤੇ ਇਸ ਜਗ੍ਹਾ ਦੇ ਉੱਤੇ ਪ੍ਰੀ ਵੈਡਿੰਗ ਹੋਣ ਲੱਗ ਗਈਆਂ। ਪ੍ਰੀ ਵੈਡਿੰਗ ਦਾ ਇਹ ਬੰਦੇ 7000 ਰੁਪਇਆ ਲੈਂਦੇ ਨੇ ਜੀ, 7000 ਦੇ ਵਿੱਚ
एक रूम देंगे ने एसी रूम देंगे ने जी खुंडे लैने खुंडे मिलते हैं फुलकारी मिलती है घग्गरे मिलते हैं पग्गां मिलदियां ने जानी जिहड़ा पंजाबी सभ्याचार नाल रिलेटिव समान हुंदा आ उह सारा 7000 दे विच बंदे देंदे ने बुलट मिल जांदा आ जीप मिल जांदी आ घोड़ा ऊंट गड्डी सब कुछ देंदे ने बंदे जी जिहड़ा खाणा पीणा आ उह वक्खरा हुंदा आ जी ये महात्मा बुद्ध जी का स्टैचू लग्या होया जी ये जिहड़ी जगह ना महापंजाब दे रूप दे विच आ जानी जिहड़ा पंजाब अपने तो खुस गया आ तुसीं एक पासे नूं झाती मारोगे तुहानूं पुराना पंजाब दिसदा आ एक पासे तुसीं देखदे हो चंडीगढ़ दी लुक आउंदी आ एक पासे नूं तुसीं देखो हिमाचल दी लुक आउंदी आ जानी इह कॉम्बीनेशन बनाया होया आ पंजाब आ चंडीगढ़ आ हिमाचल आ जिहड़े ना पंजाब दे विच्चों दरख्त अलोप हो रहे ने जिवें जंड दा दरख्त देसी किक्कर टाली निम इस जगह दे उत्ते बहुत लाए गए ने चील दा दरख्त आ जी कदम दा दरख्त आ जानी जिहड़े दरख्त मेडिसन दा काम करदे ने वातावरण नूं शुद्ध करदे ने उह दरख्त इस जगह दे उत्ते बहुत ज़्यादा लाए गए ने जी। ये सामने वाशरूम बने हुए ने जी लेडीज़ अते जेंट्स जी इस जगह दे उत्ते पया आया जी पुराना हल जिहड़ा आपां बलदां नाल खेती करदे हुंदे सीगे चरखा पिया आ संदूख पए ने पुराने पेटियां पईआं ने जिहड़ियां बलदां दीआं रेसां लगदीआं हुंदीआं सी उह रिहड़ा पिया आ उरे जी ढोल ने एक पासे इधरले पासे देखो तुसीं पुरानियां कैसटां पईआं ने डिस्कां पईआं ने डैक ने स्टीरियो पए ने ये देखो एक उरे डिस्क पई आ झंडा अमली कचहरी विच आ डैक दी कैसट आ उरे पई आ जदों बंदा उरे आउंदा ना जिन्हां ने ये चीज़ां देखियां ने जिहड़ी मन नूं बहुत खुशी आउंदी आ हुंदी आ पुराना पंजाब चेते आउंदा आ जी ये घोड़े ने जी जानी जो बंदा प्री वेडिंग करता आ उन्होंने ये दते जाते हैं जी वीडियोग्राफी फोटोग्राफी लई ये जिहड़ा स्टैचू बनया होया ना ये भी पुराने पंजाब की एक झलक नूं पेश करदा आ जो कि अज कल ये चीज़ां खत्म हो चलियां ने जी पंजाब दे विच पानी की पूर्ति लई खूह पट्टे जांदे सीगे जी पर अज कल तां समां चेंज हो गया जी खूहां की जगह समरसीबल ने लै लिया जी पानी डूंघे हो गए ने जी ते खूहां दा पानी सुक गया आ ये स्टैचू बना के सत का रूप दिता गया है जी तो वह बच्चे खड़े रहने बंटे बंटे तो है नहीं तो अंबी चक ली छोटी जी आप ये अज खेडा आप पुराना समा याद करा लगे नहीं दोबारा लाने आप लाता जी क्यों बहुत नज़ारा जी उरे अपने बच्चों ना आओ उरे इंजॉय करो जी पुराने पंजाब नू देखो पुराना सभ्याचार आ जी ये देखो पुराना घर आ जी मिट्टी नाल लिपया होया ये चाटी आ उहदे विच मधाणी पाई हुई आ
ये पुराने अपना मंजा पिया, संदूक पिया, ये जानी रसोई बनाई हुई है एक, तो रसोई दे विच समान पिया आ, स्टोव पिया आ, जानी पुराना पंजाब सारा दर्शाया होया आ, पुराना सभ्याचार जी। ਇਹ ਨਾ ਜੀ ਲਗਭਗ ਪੰਜਾਬ ਦੇ ਹਰ ਘਰ ਦੀ ਸ਼ਾਨ ਹੁੰਦਾ ਸੀਗਾ ਜੀ, ਚੌਂਕਾ ਜੀ, ਅਤੇ ਇਹਦੇ ਅੰਦਰ ਬਣਿਆ ਹੁੰਦਾ ਚੁੱਲ੍ਹਾ ਜੀ, ਜਾਣੀ ਇੱਕ ਹੱਦਬੰਦੀ ਜੀ ਕੀਤੀ ਹੁੰਦੀ ਸੀਗੀ ਜੀ। ਅੱਜ ਕੱਲ੍ਹ ਦੇ ਬੱਚਿਆਂ ਤਾਂ ਇਹ ਚੀਜ਼ਾਂ ਪਤਾ ਹੀ ਹੈ ਨਹੀਂਗੀਆਂ, ਕਿਉਂਕਿ ਕੰਮ ਬਹੁਤ ਜ਼ਿਆਦਾ ਐਡਵਾਂਸ ਹੋ ਗਿਆ ਆ। ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਇਸ ਜਗ੍ਹਾ 'ਤੇ ਲਿਆਓਗੇ ਨਾ, ਤਾਂ ਉਹਨਾਂ ਨੂੰ ਦਿਖਾਓ ਵੀ ਸਾਡੇ ਸਮੇਂ ਦੇ ਵਿੱਚ ਇੱਦਾਂ ਕੁਛ ਹੁੰਦਾ ਸੀਗਾ ਜੀ, ਅਤੇ ਉਹ ਯਾਦ ਕਰਦੇ ਨੇ, ਪੁਰਾਣਾ ਪੰਜਾਬ ਦੇਖਦੇ ਨੇ ਜੀ, ਖੁਸ਼ ਹੁੰਦੇ ਨੇ ਜੀ, ਅਤੇ ਬੰਦੇ ਦੇ ਆਪਣੇ ਮਨ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਜੀ ਇਹ ਚੀਜ਼ਾਂ ਦੇਖ ਕੇ ਜੀ, ਪੁਰਾਣਾ ਪੰਜਾਬ, ਪੁਰਾਣਾ ਸੱਭਿਆਚਾਰ ਜੀ। ਜੇ ਕਿਸੇ ਦਾ ਅੰਬੀਆਂ ਖਾਣ ਨੂੰ ਜੀ ਕਰੇ, ਅੰਬੀਆਂ ਵੀ ਖਾ ਸਕਦਾ ਜੀ, ਕਿਉਂਕਿ ਹੁਣ ਅੰਬਾਂ ਦੀ ਰੁੱਤ ਚੱਲ ਰਹੀ ਆ, ਅਤੇ ਦਰੱਖਤਾਂ ਨੂੰ ਬਹੁਤ ਅੰਬ ਲੱਗਿਆ ਹੋਇਆ ਜੀ। ਇਹ ਵੀ ਇੱਕ ਪੁਰਾਣੇ ਪੰਜਾਬ ਦੇ ਘਰ ਦੀ ਲੁੱਕ ਬਣਾਈ ਹੋਈ ਆ ਜੀ, ਪੰਜਾਬੀ ਸੂਟ ਟੰਗੇ ਹੋਏ ਨੇ, ਪਰਾਂਦੇ ਪਏ ਨੇ, ਪੰਜਾਬੀ ਜੁੱਤੀਆਂ ਪਈਆਂ ਨੇ ਇੱਕ ਪਾਸੇ, ਯਾਨੀ ਬਹੁਤ ਸੋਹਣਾ ਲੱਗਦਾ ਆ ਇਹ। ਇਹ ਆ ਜੀ ਦੋ ਬਲਦਾਂ ਵਾਲੀ ਰੇਹੜੀ, ਪਹਿਲੇ ਪੰਜਾਬ 'ਚ ਸੀਗਾ, ਅੱਜ ਕੱਲ੍ਹ ਤਾਂ ਚੀਜ਼ਾਂ ਅਲੋਪ ਹੋ ਗਈਆਂ, ਅਤੇ ਆਹ ਪਿਆ ਇੱਕ ਸਟੈਚੂ ਜਿਹਾ, ਕਿੰਨਾ ਸੋਹਣਾ ਜੀ ਆਲੇ ਦੇ ਵਿੱਚ। ਇਹ ਤੰਗ ਆ ਜੀ ਪੁਰਾਣਾ, ਪਹਿਲਾਂ ਪੰਜਾਬ ਦੇ ਵਿੱਚ ਚੱਲਦੇ ਹੁੰਦੇ ਸੀ ਪੁਰਾਣੇ ਤੰਗ, ਉਹ ਤੰਗ ਆ ਜੀ ਇਹ। ਇਹ ਪਹਿਲਾਂ ਜਦੋਂ ਕੁੜੀ ਵਿਆਹ ਕੇ ਜਾਂਦੀ ਹੁੰਦੀ ਸੀਗੀ, ਉਦੋਂ ਡੋਲੀ ਦੇ ਵਿੱਚ ਜਾਂਦੀ ਹੁੰਦੀ ਸੀਗੀ ਜੀ, ਇਹ ਡੋਲੀ ਬਣਾਈ ਹੋਈ ਹੈ ਜੀ ਵਿਆਹ ਵਾਲੀ। ਇਹ ਸਟੈਚੂ ਰਾਹੀਂ ਕਲਾਕਾਰ ਕੀ ਦੱਸਣਾ ਚਾਹੁੰਦਾ ਆ, ਇਹ ਤੁਸੀਂ ਆਪ ਅੰਦਾਜ਼ਾ ਲਾਉਣਾ ਆ ਜੀ। ਇਹ ਪਿਆ ਪੁਰਾਣੇ ਪੰਜਾਬ ਨੂੰ ਪੇਸ਼ ਕਰਦਾ ਸੰਦੂਕ ਜੀ, ਉਰੇ ਇੱਕ ਪਾਸੇ ਪਈ ਆ ਲੱਕੜ ਦੀ ਪੇਟੀ, ਜਿਹੜੀ ਪੁਰਾਣੇ ਪੰਜਾਬ ਨੂੰ, ਪੁਰਾਣੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਸਾਰਾ ਸਮਾਨ ਪਿਆ ਜੀ ਉਰੇ, ਬਹੁਤ ਸੋਹਣੀ ਜਗ੍ਹਾ ਇਹ। ਇਸ ਨਾਨੋ ਕੀ ਪਿੰਡ ਦੇ ਵਿੱਚ ਨਾ ਪੁਰਾਣੇ ਪੰਜਾਬ ਨੂੰ, ਪੁਰਾਣੇ ਸੱਭਿਆਚਾਰ ਨੂੰ ਪੇਸ਼ ਕਰਦੀਆਂ ਹੋਈਆਂ ਦੋ ਡੈਸਟੀਨੇਸ਼ਨ ਨੇ, ਅਸੀਂ ਦੋਨੇ ਕਵਰ ਕੀਤੀਆਂ ਨੇ ਬਿਨਾਂ ਸਕਿੱਪ ਕੀਤੇ ਹੋਏ, ਸਾਡੀਆਂ ਦੋਨੇ ਵੀਡੀਓ ਪੂਰੀਆਂ ਜ਼ਰੂਰ ਦੇਖਿਓ ਜੀ। ਇਸ ਜਗ੍ਹਾ ਦੇ ਉੱਤੇ ਨਾ ਚਾਰਜਿੰਗ ਪੁਆਇੰਟ ਦਿੱਤਾ ਗਿਆ ਆ, ਤੁਸੀਂ ਕੁਛ ਵੀ ਚਾਰਜ ਕਰਨਾ ਹੋਵੇ ਇਸ ਜਗ੍ਹਾ ਦੇ ਉੱਤੇ ਚਾਰਜ ਕਰ ਸਕਦੇ ਹੋ ਜੀ। ਇਸ ਜਗ੍ਹਾ ਦੇ ਉੱਤੇ ਨਾ ਸਾਹਮਣੇ ਇਹ ਟਿਕਟ ਕਾਊਂਟਰ ਵੀ ਆ ਅਤੇ ਕੰਟੀਨ ਵੀ ਆ ਜੀ, ਤੁਸੀਂ ਕੁਛ ਖਾਣਾ ਆ, ਪੀਣਾ ਆ, ਇਸ ਜਗ੍ਹਾ ਦੇ ਉੱਤੇ ਬੈਠ ਕੇ ਖਾ ਪੀ ਸਕਦੇ ਹੋ ਜੀ, ਏਸੀ ਕੰਟੀਨ ਆ ਜੀ ਇਹ। ਮੈਂ ਤਾਂ ਫਿਰ ਤੋਂ ਦੁਬਾਰਾ ਤੁਹਾਨੂੰ ਇਹੀ ਕਹਿਣਾ ਚਾਹੁੰਦਾ, ਆਪਣੇ ਰਿਸ਼ਤੇਦਾਰ, ਮਿੱਤਰਾਂ, ਪਰਿਵਾਰ ਨਾਲ, ਬੱਚਿਆਂ ਨਾਲ ਇਸ ਪਿਕਨਿਕ ਸਪੋਟ 'ਤੇ ਆਓ, ਇੰਜੋਏ ਕਰੋ ਜੀ, ਆਪਣੀ ਵਕੇਸ਼ਨਸ ਦਾ ਆਨੰਦ ਲਵੋ ਜੀ, ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਜੀ ਇਹ। ਆਪਣੇ ਪੁਰਾਣੇ ਪੰਜਾਬ ਨੂੰ ਸਾਂਭੀ ਬੈਠੇ ਇਸ ਡੈਸਟੀਨੇਸ਼ਨ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ, ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।